ਸ਼ੁਰੂ ਤੋਂ ਪਹਿਲਾਂ ਲੋਹਾ ਆਉਂਦਾ ਮੰਡੀ ਗੋਬਿੰਦਗੜ੍ਹ ਤੋਂ, ਇਸਦਾ ਪੱਟੀ ਆਉਂਦੀ ਹੈ, ਉਸ ਤੋਂ ਬਾਅਦ ਇਹਨੂੰ ਇੱਕ ਲੁਹਾਰ ਕੋਲ ਜਾਏ, ਉਸ ਤੋਂ ਬਾਅਦ ਇਹਨੂੰ ਉਹਦੀ ਅੱਗ ਵਿੱਚ ਸੇਕ ਦੇ ਕੇ ਇਹਨੂੰ ਟੈਂਪਰ ਕੀਤਾ ਜਾਂਦਾ ਤਾਂ ਕਿ ਇਹ ਵਰਤਣ ਦੇ ਲਿਹਾਜ਼ ਵਿੱਚ ਕੰਮ ਆਈ ਸਕੇ। ਤਾਂ ਉਸ ਤੋਂ ਬਾਅਦ ਇਹਨੂੰ ਲੁਹਾਰ ਤੋਂ ਬਾਅਦ ਸਾਡੇ ਫੈਕਟਰੀਆਂ ਦੇ ਵਿੱਚ ਮਾਲ ਪਹੁੰਚਦਾ, ਉੱਥੇ ਇਹਨੂੰ 4-5 ਹੱਥਾਂ ਦੇ ਵਿੱਚੋਂ ਨਿਕਲ ਕੇ ਗ੍ਰੈਂਡ ਹੋ ਕੇ ਅਤੇ ਫਿਰ ਉਹਨੂੰ ਕਿਸੇ ਹੋ ਕੇ ਫਿਰ ਦੁਕਾਨਾਂ 'ਤੇ ਆ ਕੇ ਉਹਦੀ ਫਿਟਿੰਗ ਹੁੰਦੀ ਹੈ। ਪੁਰਾਤਨ ਸਮੇਂ ਦੇ ਵਿੱਚ ਇਹ ਸਰਬਲੋਧੀਆਂ ਕਰਕੇ ਜ਼ਿਆਦਾ ਚੱਲਦੀਆਂ ਸੀ। ਲੋਹ ਦਾ ਮਤਲਬ ਇਹ ਹੁੰਦਾ ਸੀ ਇੱਕ ਸੁੱਚਾ ਲੋਹਾ ਹੁੰਦਾ ਸੀ ਅਤੇ ਇੱਕ ਜੰਗ ਯੁੱਧ ਵਿੱਚ ਇਹ ਪੂਰਾ ਕਾਮਯਾਬ ਹੁੰਦੀ ਸੀ।